ਦੇਖੋ, ਰੋਕਾਂ ਲਾਉਣਾ ਸਰਕਾਰ ਦਾ ਗਲਤ ਹੈ, ਅਸੀਂ ਇਹਦਾ ਨਿੰਦਿਆ ਕਰਦੇ ਹਾਂ। ਅਤੇ ਜਿਹੜੀ ਹੈਗੀ ਉਹਨਾਂ ਦੀ ਪੈਦਲ ਜਾਣ ਦੀ ਜਾਂ ਜਾਣ ਦੀ ਆ, ਉਹ ਉਹਨਾਂ ਦੀ ਕੀ ਸਕੀਮ ਹੈ ਇਹਦੇ ਬਾਰੇ ਤਾਂ ਅਸੀਂ ਨਹੀਂ ਕੁਛ ਕਹਿ ਸਕਦੇ। ਵੈਸੇ ਸਰਕਾਰ ਨੂੰ ਰੋਕਾਂ ਜਿਹੜੀਆਂ ਨੇ, ਇਹ ਜਮਹੂਰੀ ਅਧਿਕਾਰ ਹੈ ਉਹਨਾਂ ਦਾ ਜਾਣ ਦੇਣਾ ਚਾਹੀਦਾ ਸੀ, ਰੋਕਾਂ ਨਹੀਂ ਸੀ ਲਾਉਣੀ ਚਾਹੀਦੀ। ਦੇਖੋ ਜਿਹੜੇ ਹੁਣ ਸੰਘਰਸ਼ ਦੇ ਵਿੱਚ ਨੇ, ਉਹਨਾਂ ਨੂੰ ਆਪਾਂ ਸਵਾਲ ਕਰ ਸਕਦੇ ਹਾਂ ਉਹ ਕੀ ਸੋਚਦੇ ਨੇ। ਮੈਨੂੰ ਇਹ ਲੱਗਦਾ ਵੀ ਇਹ ਜਦੋਂ ਲਮਕ ਜਾਂਦਾ ਅੰਦੋਲਨ, ਉਹਦੇ ਵਿੱਚ ਜਨਤਾ ਦਾ ਸਮਰਥਨ ਹੈ ਜਿਹੜਾ ਉਹ ਘੱਟਦਾ, ਅਤੇ ਉਹਦੇ ਵਿੱਚ ਸਾਥੀਆਂ ਨੂੰ ਕਿਵੇਂ ਸੋਚ ਕੇ ਫੈਸਲਾ ਕਰਦੇ ਆ, ਇਹ ਤਾਂ ਉਹਨਾਂ ਨੇ ਕਰਨਾ ਫੈਸਲਾ। ਅਤੇ ਇਹ ਫੈਸਲੇ ਨੂੰ ਕਿਵੇਂ ਕਰਨਾ ਹੈ, ਕਿਵੇਂ ਅਗਲਾ ਐਕਸ਼ਨ ਪ੍ਰੋਗਰਾਮ, ਜਿਵੇਂ ਸਾਡੀ ਅਸੀਂ ਸੋਚਦੇ ਸੀ ਅਗਲਾ ਐਕਸ਼ਨ ਦਾ ਕੋਈ, ਕਿਵੇਂ ਇਹਨੂੰ ਦਿਸ਼ਾ ਨੂੰ ਮੋੜਾ ਕਿਵੇਂ ਦੇਣਾ, ਇਹਦੀ ਵਿਚਾਰ ਕਰਕੇ ਉਹ ਕੀ ਕਰਦੇ ਨੇ, ਕਿਵੇਂ ਕਰਦੇ ਨੇ, ਇਹ ਤਾਂ ਉਹਨਾਂ ਨੂੰ ਕਰਨਾ, ਉਹਨਾਂ ਨੂੰ ਕੁਛ ਨਾ ਕੁਛ ਕਰ ਲੈਣਾ। ਦੇਖੋ ਕਿਸੇ ਹਾਈ ਕੋਰਟ ਨੇ ਕਿਹੜੀ ਦਿਸ਼ਾ ਦੇ ਵਿੱਚ ਇਹ ਫੈਸਲਾ ਇਹ ਗੱਲ ਕਹੀ ਹੈ, ਇਹ ਨਹੀਂ ਸਮਝ ਆਉਂਦੀ, ਕਿਉਂਕਿ ਇਹੋ ਜਿਹਾ ਤਾਂ ਕੁਛ ਨਹੀਂ ਸਾਡੀ ਸਮਝ ਮੁਤਾਬਕ। ਤਾਂ ਜਿਹੜੀ ਮਤਲਬ ਉੱਥੇ ਇੱਕ ਦਿਨ ਤਾਂ ਹੋਈ ਹੈ, ਉੱਥੇ ਬੱਚੇ ਨੇ ਨੌਜਵਾਨ ਜਾ ਕੇ ਹੁੱਲੜਬਾਜ਼ੀ ਕਰਦੇ ਨੇ, ਕਿਉਂਕਿ ਜਦੋਂ ਇਹੋ ਜਿਹੇ ਇਕੱਠ ਹੁੰਦੇ ਨੇ, ਉਹ ਜਾਂ ਇਕੱਠਾਂ ਦੇ ਵਿੱਚ ਇੱਕ ਹਿੱਸਾ ਹੈ ਜਿਹੜਾ ਚਲਾ ਜਾਂਦਾ ਹੈ, ਬਾਰਕੇਬਾਜ਼ ਜਿਹੜਾ ਨੌਜਵਾਨੀ ਦਾ ਹਿੱਸਾ ਗੁੰਮਰਾਹ ਹੋਇਆ ਹੁੰਦਾ, ਲੰਮੀਆਂ ਤੱਥੀਆਂ ਅਤੇ ਪਿੱਛੀਆਂ ਤਕਰੀਰਾਂ ਨਾਲ ਚਲਾ ਜਾਂਦਾ, ਇਸ ਤਰ੍ਹਾਂ ਨਾਲ ਚਲਾ ਜਾਂਦਾ। ਕੋਈ ਇਸ ਤਰ੍ਹਾਂ ਦੀ ਕੋਈ ਕ੍ਰਿਮੀਨਲ ਕਿਸਮ ਦੇ ਬੰਦੇ ਉੱਥੇ ਗਏ ਹੋਣ, ਕੋਈ ਇਹੋ ਜਿਹਾ ਕੁਛ ਹੋਵੇ, ਇਹੋ ਜਿਹਾ ਤਾਂ ਕੁਛ ਦੇਖਣ ਨੂੰ ਨਹੀਂ ਮਿਲਿਆ। ਅਤੇ ਹਾਈ ਕੋਰਟ ਦੀ ਟਿੱਪਣੀ ਨਾਲ ਇਹ ਮਤਲਬ ਇਹ ਬਣਦਾ ਵੀ ਕਿਸਾਨ ਲੋਕ ਜਿਹੜੇ ਆਗੂ ਨੇ ਉਹ ਇਹੋ ਜਿਹਾ ਕੁਛ ਚਾਹੁੰਦੇ ਨੇ, ਜਿਹੋ ਜਿਹਾ ਕੁਛ ਚਾਹੁੰਦੇ ਫਿਰ ਉਹ ਜਾਂਦੇ, ਉਹ ਤਾਂ ਬੈਠੇ ਕਿਉਂ ਸਰਹੰਦਾਂ ਦੇ, ਕਿੱਦਾਂ ਉਹ ਗਾਹਾਂ ਜਾਂਦੇ। ਜਦੋਂ ਸਰਕਾਰ ਦੀ ਇਰਾਦੇ ਦਾ ਪਤਾ ਲੱਗ ਗਿਆ ਵੀ ਸਰਕਾਰ ਇੱਥੇ ਤੱਕ ਆ ਗਈ ਵੀ ਗਾਹਾਂ ਨਹੀਂ ਜਾਣ ਦਿੰਦੀ, ਸਖਤਾਈ ਕਰਦੀ ਹੈ, ਪੱਥਰ ਗੋਲੀਆਂ ਮਾਰ ਕੇ ਜ਼ਖਮੀ ਕੀਤਾ, ਇੱਕ ਬੰਦਾ ਸ਼ਹੀਦ ਵੀ ਹੋ ਗਿਆ, ਉਹਨਾਂ ਹਾਲਤਾਂ ਦੇ ਵਿੱਚ ਉਹ ਉੱਥੇ ਬੈਠੇ ਨੇ, ਉਹਨਾਂ ਦੇ ਜਮਹੂਰੀ ਹੱਕ ਹੈ ਬੈਠਣ 'ਤੇ, ਇਹ 'ਤੇ ਤਾਂ ਸਰਕਾਰ ਨੂੰ ਜਾਂ ਹਾਈ ਕੋਰਟ ਨੂੰ ਕੋਈ ਟਿੱਪਣੀ ਕਰਨ ਦਾ ਅਧਿਕਾਰ ਨਹੀਂ। ਮੈਂ ਤਾਂ ਜ਼ਿਆਦਾ ਨਹੀਂ ਪੜ੍ਹਿਆ, ਜਿੰਨੀਆਂ ਕੁ ਰੇਤਾਂ ਦਿੱਤੀਆਂ ਨੇ ਉਹ ਤੁਸੀਆਂ ਰੇਤਾਂ ਨੇ, ਥੋੜ੍ਹੀਆਂ ਰੇਤਾਂ ਨੇ, ਕਿਸਾਨੀ ਨੂੰ ਹੋਰ ਰੇਤਾਂ ਦੀ ਲੋੜ ਹੈਗੀ ਹੈ ਜਿੰਨੀ ਕਰ ਸਕਦੀ ਹੈ, ਅਤੇ ਉਹਦੇ ਬਾਰੇ ਤਾਂ ਸੈਟਿਸਫਾਈ ਕਿਹਾ ਨਹੀਂ ਜਾ ਸਕਦਾ। ਦੇਖੋ ਰੋਕਾਂ ਲਾਉਣਾ ਸਰਕਾਰ ਦਾ ਗਲਤ ਹੈ, ਅਸੀਂ ਇਹਦਾ ਨਿੰਦਿਆ ਕਰਦੇ ਹਾਂ। ਅਤੇ ਜਿਹੜੀ ਹੈਗੀ ਉਹਨਾਂ ਦੀ ਪੈਦਲ ਜਾਣ ਦੀ ਜਾਂ ਜਾਣ ਦੀ ਆ, ਉਹ ਉਹਨਾਂ ਦੀ ਕੀ ਸਕੀਮ ਹੈ ਇਹਦੇ ਬਾਰੇ ਤਾਂ ਅਸੀਂ ਨਹੀਂ ਕੁਛ ਕਹਿ ਸਕਦੇ। ਵੈਸੇ ਸਰਕਾਰ ਨੂੰ ਰੋਕਾਂ ਜਿਹੜੀਆਂ ਨੇ, ਇਹ ਜਮਹੂਰੀ ਅਧਿਕਾਰ ਹੈ ਉਹਨਾਂ ਦਾ ਜਾਣ ਦਾ, ਜਾਣ ਦੇਣਾ ਚਾਹੀਦਾ ਸੀ, ਰੋਕਾਂ ਨਹੀਂ ਸੀ ਲਾਉਣੀ ਚਾਹੀਦੀ। ਦੇਖੋ ਜਿਹੜੇ ਹੁਣ ਸੰਘਰਸ਼ ਦੇ ਵਿੱਚ ਨੇ, ਉਹਨਾਂ ਨੂੰ ਆਪਾਂ ਸਵਾਲ ਕਰ ਸਕਦੇ ਹਾਂ ਉਹ ਕੀ ਸੋਚਦੇ ਨੇ। ਮੈਨੂੰ ਇਹ ਲੱਗਦਾ ਵੀ ਇਹ ਜਦੋਂ ਲਮਕ ਜਾਂਦਾ ਅੰਦੋਲਨ, ਉਹਦੇ ਵਿੱਚ ਜਨਤਾ ਦਾ ਸਮਰਥਨ ਹੈ ਜਿਹੜਾ ਉਹ ਘੱਟਦਾ, ਅਤੇ ਉਹਦੇ ਵਿੱਚ ਸਾਥੀਆਂ ਨੂੰ ਕਿਵੇਂ ਸੋਚ ਕੇ ਫੈਸਲਾ ਕਰਦੇ ਆ, ਇਹ ਤਾਂ ਉਹਨਾਂ ਨੇ ਕਰਨਾ ਫੈਸਲਾ। ਅਤੇ ਇਹ ਫੈਸਲੇ ਨੂੰ ਕਿਵੇਂ ਕਰਨਾ ਹੈ, ਕਿਵੇਂ ਅਗਲਾ ਐਕਸ਼ਨ ਪ੍ਰੋਗਰਾਮ, ਜਿਵੇਂ ਸਾਡੀ ਅਸੀਂ ਸੋਚਦੇ ਸੀ ਅਗਲਾ ਐਕਸ਼ਨ ਦਾ ਕੋਈ, ਕਿਵੇਂ ਇਹਨੂੰ ਦਿਸ਼ਾ ਨੂੰ ਮੋੜਾ ਕਿਵੇਂ ਦੇਣਾ, ਇਹਦੀ ਵਿਚਾਰ ਕਰਕੇ ਉਹ ਕੀ ਕਰਦੇ ਨੇ, ਕਿਵੇਂ ਕਰਦੇ ਨੇ, ਇਹ ਤਾਂ ਉਹਨਾਂ ਨੂੰ ਕਰਨਾ, ਉਹਨਾਂ ਨੂੰ ਕੁਛ ਨਾ ਕੁਛ ਕਰ ਲੈਣਾ। ਦੇਖੋ ਕਿਸੇ ਹਾਈ ਕੋਰਟ ਨੇ ਕਿਹੜੀ ਦਿਸ਼ਾ ਦੇ ਵਿੱਚ ਇਹ ਫੈਸਲਾ ਇਹ ਗੱਲ ਕਹੀ ਹੈ, ਇਹ ਨਹੀਂ ਸਮਝ ਆਉਂਦੀ, ਕਿਉਂਕਿ ਇਹੋ ਜਿਹਾ ਤਾਂ ਕੁਛ ਨਹੀਂ ਸਾਡੀ ਸਮਝ ਮੁਤਾਬਕ। ਤਾਂ ਜਿਹੜੀ ਮਤਲਬ ਉੱਥੇ ਇੱਕ ਦਿਨ ਤਾਂ ਹੋਈ ਹੈ, ਉੱਥੇ ਬੱਚੇ ਨੇ ਨੌਜਵਾਨ ਜਾ ਕੇ ਹੁੱਲੜਬਾਜ਼ੀ ਕਰਦੇ ਨੇ, ਕਿਉਂਕਿ ਜਦੋਂ ਇਹੋ ਜਿਹੇ ਇਕੱਠ ਹੁੰਦੇ ਨੇ, ਉਹ ਜਾਂ ਇਕੱਠਾਂ ਦੇ ਵਿੱਚ ਇੱਕ ਹਿੱਸਾ ਹੈ ਜਿਹੜਾ ਚਲਾ ਜਾਂਦਾ ਹੈ, ਬਾਰਕੇਬਾਜ਼ ਜਿਹੜਾ ਨੌਜਵਾਨੀ ਦਾ ਹਿੱਸਾ ਗੁੰਮਰਾਹ ਹੋਇਆ ਹੁੰਦਾ, ਲੰਮੀਆਂ ਤੱਥੀਆਂ ਅਤੇ ਪਿੱਛੀਆਂ ਤਕਰੀਰਾਂ ਨਾਲ ਚਲਾ ਜਾਂਦਾ, ਇਸ ਤਰ੍ਹਾਂ ਨਾਲ ਚਲਾ ਜਾਂਦਾ। ਕੋਈ ਇਸ ਤਰ੍ਹਾਂ ਦੀ ਕੋਈ ਕ੍ਰਿਮੀਨਲ ਕਿਸਮ ਦੇ ਬੰਦੇ ਉੱਥੇ ਗਏ ਹੋਣ, ਕੋਈ ਇਹੋ ਜਿਹਾ ਕੁਛ ਹੋਵੇ, ਇਹੋ ਜਿਹਾ ਤਾਂ ਕੁਛ ਦੇਖਣ ਨੂੰ ਨਹੀਂ ਮਿਲਿਆ। ਅਤੇ ਹਾਈ ਕੋਰਟ ਦੀ ਟਿੱਪਣੀ ਨਾਲ ਇਹ ਮਤਲਬ ਇਹ ਬਣਦਾ ਵੀ ਕਿਸਾਨ ਲੋਕ ਜਿਹੜੇ ਆਗੂ ਨੇ ਉਹ ਇਹੋ ਜਿਹਾ ਕੁਛ ਚਾਹੁੰਦੇ ਨੇ, ਜਿਹੋ ਜਿਹਾ ਕੁਛ ਚਾਹੁੰਦੇ ਫਿਰ ਉਹ ਜਾਂਦੇ, ਉਹ ਤਾਂ ਬੈਠੇ ਕਿਉਂ ਸਰਹੰਦਾਂ ਦੇ, ਕਿੱਦਾਂ ਉਹ ਗਾਹਾਂ ਜਾਂਦੇ। ਜਦੋਂ ਸਰਕਾਰ ਦੀ ਇਰਾਦੇ ਦਾ ਪਤਾ ਲੱਗ ਗਿਆ ਵੀ ਸਰਕਾਰ ਇੱਥੇ ਤੱਕ ਆ ਗਈ ਵੀ ਗਾਹਾਂ ਨਹੀਂ ਜਾਣ ਦਿੰਦੀ, ਸਖਤਾਈ ਕਰਦੀ ਹੈ, ਪੱਥਰ ਗੋਲੀਆਂ ਮਾਰ ਕੇ ਜ਼ਖਮੀ ਕੀਤਾ, ਇੱਕ ਬੰਦਾ ਸ਼ਹੀਦ ਵੀ ਹੋ ਗਿਆ, ਉਹਨਾਂ ਹਾਲਤਾਂ ਦੇ ਵਿੱਚ ਉਹ ਉੱਥੇ ਬੈਠੇ ਨੇ, ਉਹਨਾਂ ਦੇ ਜਮਹੂਰੀ ਹੱਕ ਹੈ ਬੈਠਣ 'ਤੇ, ਇਹ 'ਤੇ ਤਾਂ ਸਰਕਾਰ ਨੂੰ ਜਾਂ ਹਾਈ ਕੋਰਟ ਨੂੰ ਕੋਈ ਟਿੱਪਣੀ ਕਰਨ ਦਾ ਅਧਿਕਾਰ ਨਹੀਂ।
ਮੈਂ ਤਾਂ ਜ਼ਿਆਦਾ ਨਹੀਂ ਪੜ੍ਹਿਆ, ਜਿੰਨੀਆਂ ਕੁ ਰੇਤਾਂ ਦਿੱਤੀਆਂ ਨੇ ਉਹ ਤੁਸੀਂ ਰੇਤਾਂ ਨੇ, ਥੋੜ੍ਹੀਆਂ ਰੇਤਾਂ ਨੇ ਕਿਸਾਨੀ ਨੂੰ, ਹੋਰ ਰੇਤਾਂ ਦੀ ਲੋੜ ਹੈਗੀ ਹੈ ਜਿੰਨੀ ਕਰ ਸਕਦੀ ਹੈ, ਅਤੇ ਉਹਦੇ ਬਾਰੇ ਤਾਂ ਸੈਟਿਸਫਾਈ ਕਿਹਾ ਨਹੀਂ ਜਾ ਸਕਦਾ।